ਸੁਬਾਹ ਦਾ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਫੈਸਟਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੁਣੇ-ਹੁਣੇ ਦਿੱਲੀ ਟਿੱਕਰੀ ਬਾਰਡਰ ਤੋਂ ਆਈ ਵੱਡੀ ਮਾੜੀ ਖਬਰ ਸੁਣ ਕਿਸਾਨਾਂ ਵਿੱਚ ਸ਼ਾਗੀ ਸੂਕ ਦੀ ਲਹਿਰ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਕੇ ਜਰੂਰ ਕਰ ਲਿਓ ਆਏ ਦਿਨ ਹੀ ਕੋਈ ਨਾ ਕੋਈ ਮੰਦ ਭਾਗੀ ਘਟਨਾ ਨਾਲ ਸਭ ਨੂੰ ਝੰਡੋੜ ਕੇ ਰੱਖ ਦਿੰਦੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਟਿੱਕਰੀ ਬਾਰਡਰ ਤੋਂ ਇੱਕ ਵੱਡੀ ਮੰਦਭਾਗੀ ਮਾੜੀ ਖਬਰ ਸਾਹਮਣੇ ਆਈ ਐਸ ਫਿਰ ਤੋਂ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਟਿੱਕਰੀ ਬਾਰਡਰ ਉੱਪਰ ਅੱਜ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਤੇ ਟਿੱਕਰੀ ਬਾਰਡਰ ਤੇ ਕਿਸਾਨ ਜੰਗੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਸ਼ੰਘਾਰਸ਼ ਵਿੱਚ ਛਾਮੜ ਸੀ ਜੋ ਕਿ ਕੁਝ ਦਿਨ ਪਹਿਲਾਂ ਹੀ ਬਿਮਾਰ ਹੋਇਆ ਸੀ ਤੇ ਅੱਜ ਉਸਨੇ ਦਮ ਤੋੜ ਦਿੱਤਾ ਤੇ ਇਸ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 60 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਹੁਣ ਕੇਨ ਸਰਕਾਰ ਤੇ ਕਿਸਾਨ ਆਗੂਆਂ ਦੇ ਵਿਚਕਾਰ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਹੋਰਿੰਗਾ ਰੋਜ਼ ਦੁੱਖ ਭਰੀਆਂ ਖਬਰਾਂ ਸਾਹਮਣੇ ਆ ਰਹੀਆਂ ਤੇ ਕੀਤੀ ਕਾਨੂੰਨਾ ਉੱਪਰ ਲਗਾਤਾਰ ਰੇੜਕਾ ਚੱਲ ਰਿਹਾ ਤੇ ਕਿੰਨ ਸਰਕਾਰ ਹਜੇ ਵੀ ਆਪਣੇ ਫੈਸਲੇ ਤੋਂ ਅੜੀ ਹੋਈ ਅਤੇ ਪਿੱਛੇ ਨਹੀਂ ਹਟ ਰਹੀ ਅਤੇ ਕਿਸਾਨ ਵੀ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਅੱਜ ਟਿੱਕਰੀ ਬਾਰਡਰ ਤੇ ਜੰਗੀਰ ਸੰਗ ਜਿਹੜੇ ਕੇ ਸ਼ਹੀਦ ਹੋਏ ਹਨ ਪਿੰਡ ਸਾਂਝਲੀ ਜ਼ਿਲ੍ਹਾ ਸੰਗਰੂਰ ਤੋਂ ਜਿਹੜੇ ਕੇ ਵੱਜੋਂ ਹੋਈ ਹੈ ਤੇ ਮਰਤਕ ਕਿਸਾਨ ਜੰਗੀਰ ਸੰਗ 68 ਬਰਿਆਂ ਦੇ ਸਨ ਤੇ ਅੱਜ ਕਿਸਾਨ ਜਿੱਥੇ ਬੰਗਾਂ ਦੇ ਆਗੂ ਹਨ ਤੇ ਕਿੰਨ ਸਰਕਾਰ ਰਜਕਾਰ ਮੀਟਿੰਗ ਬੇਸਟਾ ਰਹੀ ਹੈ ਤੇ ਅੱਜ 51 ਦਿਨਾਂ ਤੋਂ ਨਿਰੰਤਰ ਲਗਾਤਾਰ ਸੰਘਰਸ਼ ਦਿੱਲੀ ਦੇ ਬਾਹਰਾਂ ਉੱਪਰ ਚੱਲ ਰਿਹਾ ਹੈ ਦੋਸਤੋ ਵੀਡੀਓ ਨੂੰ ਬਾਰ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਸਰਕਾਰ ਦੇ ਨੁਮਾਇੰਦਿਆਂ ਤੱਕ ਇਹ ਵੱਡੀ ਜਿਹੜੀ ਕੋਈ ਘਟਨਾ ਵਾਪਰਦੀ ਹੈ ਸੰਘਰਸ਼ ਵਿੱਚ ਉਹਨਾਂ ਤੱਕ ਵੀ ਇਹ ਖਬਰ ਜਰੂਰ ਪਹੁੰਚ ਸਕੇ ਸ਼ੇਅਰ ਬਾਅਦ ਤੋਂ ਬਾਅਦ ਜਰੂਰ ਕਰਿਆ ਕਰੋ ਤੁਸੀਂ ਧੰਨ